ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਆਸਾਮ ਦੇ ਕੋਕਰਾਚਾਰ ਜ਼ਿਲ੍ਹੇ ਦੇ ਸਾਈ ਸਟੇਡੀਅਮ ਵਿੱਚ 132ਵੇਂ ਡੁਰੰਡ ਕੱਪ ਸਮਾਗਮ ਦਾ ਆਯੋਜਨ ਉਦਘਾਟਨ ਕਰਨਗੇ ਇਸ ਸਮਾਗਮ ਵਿੱਚ ਭਾਰਤੀ ਫੌਜ ਦੇ ਮੁਖੀ ਜਨਰਲ ਮਨੋਜ ਪਾਂਡੇ ਆਸਾਮ ਦੇ ਮੁੱਖ ਮੰਤਰੀ ਡਾਕਟਰ ਹਿਮੰਤ ਬਿਸਵਾ ਸਰਮਾ ਸਮੇਤ ਸਿਵਲ ਤੇ ਰੱਖਿਆ ਖੇਤਰ ਦੇ ਹੋਰ ਪਤਵੰਤੇ ਹਾਜ਼ਰ ਰਹਿਣਗੇ ਇਸ ਵਕਤਾਰੀ ਤੇ ਏਸ਼ੀਆ ਦੇ ਸਭ ਤੋਂ ਪੁਰਾਣੇ ਫੁੱਟਬਾਲ ਟੂਰਨਾਮੈਂਟ ਵਿੱਚ ਬੋਡੋਲੈਂਡ ਐਫਸੀ ਟੀਮ ਦਾ ਮੁਕਾਬਲਾ ਰਾਜਸਥਾਨ ਯੂनाइटेड ਫੁੱਟਬਾਲ ਕਲੱਬ ਦੀ ਟੀਮ ਨਾਲ ਹੋਵੇਗਾ ਕੋਕਰਾਚਾਰ ਦੇ ਸਾਈ ਸਟੇਡੀਅਮ ਵਿੱਚ 8 ਟੀਮਾਂ ਵਿਚਾਲੇ ਇਹ ਮੁਕਾਬਲਾ ਹੋਵੇਗਾ ਇਹ ਟੂਰਨਾਮੈਂਟ ਭਾਰਤੀ ਫੌਜ ਵੱਲੋਂ ਆਸਾਮ ਸਰਕਾਰ ਤੇ ਬੋਡੋ ਖੇਤਰੀ ਟੈਰੀਟੋਰੀਅਲ ਖੇਤਰ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ